ਅਸਲਾਮ ਅਲੈਕਮ ਸਰ ਜੀ, ਮੈਂ ਮਕਵਾਨੇ ਨਾ ਸ਼ਹਿਰ 'ਚੋਂ ਬੋਲ ਰਿਹਾ ਹਾਂ, ਫੈਸਲਾਬਾਦ ਜੜਾਂ ਵਾਲੇ ਰੋਡ। ਸੁਬਹ ਰੇਟ ਹੋਈ ਹੈ ਭਾਈ ਦੇ, ਅਸੀਂ ਸਾਡੀ ਦੁਕਾਨ ਹੈ ਜੀ 5 ਨੰਬਰ ਗਲੀ 'ਚ ਸੁਨਿਆਰਿਆਂ ਲਈ। ਸਰ ਜੀ, ਮੇਰੇ ਭਾਈ ਨੂੰ ਪੁਲਿਸ ਵਾਲਿਆਂ ਨੇ ਮਾਰਿਆ ਹੈ ਅਤੇ ਉਹਦੀ ਡੈਥ ਹੋ ਗਈ ਹੈ। ਹੋਸਪਿਟਲ ਲੈ ਗਿਆ, ਉਸ ਤੋਂ ਪਹਿਲਾਂ ਹੀ ਉਹ ਫੌਤ ਹੋ ਗਏ ਨੇ। ਉਹਦੇ ਛੋਟੇ ਛੋਟੇ ਬੱਚੇ ਹਨ। ਸਰ, ਮੇਰੀ ਇਹ ਗੁਜ਼ਾਰਿਸ਼ ਹੈ ਕਿ ਮੈਂ ਤੁਹਾਡੇ ਵੱਲ ਇਹ ਵੀਡੀਓ ਸੈਂਡ ਕਰ ਰਿਹਾ, ਅਤੇ ਜਿੰਨਿਆਂ ਭਰਾਵਾਂ ਵਾਲੇ ਹੋ ਸਕੇ ਸੈਂਡ ਕਰੋ। ਇਹ ਵੀਡੀਓ ਇਮਰਾਨ ਖਾਨ ਤੱਕ ਪਹੁੰਚਣੀ ਚਾਹੀਦੀ ਹੈ। ਉਹ ਤਾਂ ਬੜਾ ਪਠਾਨ, ਬੜਾ ਸਮਝਦਾਰ ਬਣਦਾ ਵੀ ਇਨਸਾਫ 'ਤੇ ਮੈਂ ਖੜ੍ਹਾ ਵਾਂ। ਇਹ ਵੀਡੀਓ ਉਹਦੇ ਤੱਕ ਪਹੁੰਚੇ। DSP ਇੱਥੋਂ ਖੁੱਲ੍ਹਿਆਂ ਵਾਲੇ ਥਾਣੇ ਦਾ ਜਿਹੜਾ ਆਇਆ ਹੈ, ਉਹ ਸਾਡੀ ਗੱਲ ਹੀ ਨਹੀਂ ਸੁਣ ਰਿਹਾ, ਉਲਟਾ ਗਾਲਾਂ ਕੱਢ ਰਿਹਾ ਸਰ ਸਾਨੂੰ। ਇੱਕ ਬੱਸ ਭਰ ਕੇ ਚੌਕੀ ਪੁਲੀ 'ਤੇ ਖੜ੍ਹੀ ਹੋਈ ਹੈ, ਉਹ ਸਾਰੀ ਆਵਾਮ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰ। ਜੇ ਅਗਰ ਤੁਸੀਂ ਇਹ ਗੱਲ ਸਾਡੀ ਨਾ ਸੁਣੀ ਤਾਂ ਫਿਰ ਹਰ ਚੀਜ਼ ਚਾਹਤ ਅਛਾਈ ਜਿਹੜੀ ਆ ਉਹ ਖਤਮ ਹੋ ਗਈ ਪਾਕਿਸਤਾਨ ਦੇ ਵਿੱਚੋਂ। ਤੁਹਾਡੇ ਅੱਗੇ ਰਿਕੁਐਸਟ ਹੈ ਕਿ ਇਹ ਵੀਡੀਓ ਸਾਰਿਆਂ ਨੂੰ ਤੁਸੀਂ ਸੈਂਡ ਕਰ ਦਿਓ ਕਿ ਇਮਰਾਨ ਖਾਨ ਤੱਕ ਪਹੁੰਚ ਜਾਏ।